ਆਖਿਰਕਾਰ ਪੁਲਿਸ ਨੇ ਮੋਗਾ ਕੋਟਕਪੂਰਾ ਰੋਡ ਦੇ ਉੱਤੋਂ ਪਿੰਡ ਚੰਦਪੁਰਾਣਾ ਦੇ ਨਜ਼ਦੀਕੀ ਮੰਦਿਰ ਦੇ ਵਿੱਚ ਮੱਥਾ ਟੇਕਣ ਆਏ ਅਗਵਾ ਹੋਏ ਜਗਰੂਪ ਸਿੰਘ ਨੂੰ ਬਰਾਮਦ ਕਰ ਲਿਆ। ਪੁਲਿਸ ਦੇ ਵੱਲੋਂ ਦੋਸ਼ੀਆਂ ਦੇ ਵਿੱਚੋਂ ਇੱਕ ਨੂੰ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਪੈਂਦੇ ਪਿੰਡ ਚੱਕਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਕਿ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੌਣ ਕੌਣ ਦੋਸ਼ੀ ਨੇ ਅਤੇ ਕਿੰਨਾ ਕਾਰਨਾਂ ਦੇ ਕਰਕੇ ਜਗਰੂਪ ਸਿੰਘ ਨੂੰ ਅਗਵਾ ਕੀਤਾ ਗਿਆ ਸੀ। ਇਸ ਮੌਕੇ ਦੇ ਉੱਤੇ ਅਗਵਾ ਹੋਏ ਨੌਜਵਾਨ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਕੇ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਉਸਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਮੈਂ ਜੀ ਮੇਰੇ ਨਾਲ ਠੱਗੀ ਵੱਜ ਗਈ ਜੀ, ਜਗਰੂਪ ਸਿੰਘ ਨਾਂ ਦੇ, ਮੈਂ ਉਹਨੂੰ ਲੈ ਕੇ ਆਇਆ ਸੀਗਾ। ਮੈਨੂੰ ਉਹ ਕਹਿੰਦਾ ਸੀਗਾ ਵੀ ਮੈਂ ਪੈਸੇ ਅੱਜ ਦੇ ਦੂੰ ਕੱਲ੍ਹ ਨੂੰ ਦੇ ਦੂੰ, ਮੈਨੂੰ ਲਾਰਾ ਲਾਈ ਜਾਂਦਾ ਸੀਗਾ। ਉਹ ਮੈਨੂੰ ਅਲਟਾ ਪੁਲਸ ਰਿਵੋਲਵਰ ਦਿਖਾ ਕੇ ਕਹਿੰਦਾ ਸੀਗਾ ਮੇਰੇ ਨਾਲ ਅਫਸਰ ਆਏ ਆ, ਧਮਕੀ ਦਿੰਦਾ ਸੀਗਾ। ਤੂੰ ਕਿਡਨੈਪ ਕੀਤਾ ਸੀ ਰਾਤੀ ਉਦੋਂ? ਹਾਂਜੀ, ਮੈਂ ਲੈ ਕੇ ਆਉਂਦਾ ਸੀਗਾ ਜੀ, ਕਿਡਨੈਪ ਨਹੀਂ, ਘਰੇ ਲੈ ਕੇ ਆਉਂਦਾ ਸੀਗਾ। ਕਿਡਨੈਪ ਕੀਤਾ ਸੀਗਾ ਘਰੇ ਲੈ ਕੇ ਆਉਂਦਾ। ਤੁਸੀਂ ਕੁੱਟਮਾਰ ਕਰਕੇ ਉਹਨੂੰ ਕਿਡਨੈਪ ਕੀਤਾ ਜੀ? ਕੁੱਟਮਾਰ ਕੀਤੀ ਸੀ? ਕੁੱਟਮਾਰ ਨਹੀਂ ਨਹੀਂ ਕੀਤੀ ਜੀ। ਕਿੰਨੇ ਜਾਣੇ ਸੀ? ਅਸੀਂ ਤਿੰਨ ਚਾਰ ਜਾਣੇ ਜੀ। ਬੰਦ ਕਰਕੇ ਜੀ ਅੰਮ੍ਰਿਤਸਰ ਨੂੰ ਕਿੰਨੇ ਪੈਸੇ ਤੁਸੀਂ ਬਾਰ 12 ਲੱਖ? ਤੁਸੀਂ ਕੋਈ ਪੁਲਿਸ ਨੂੰ ਰਿਪੋਰਟ ਦਿੱਤੇ ਸੀਗੇ? ਹਾਂਜੀ, ਪੁਲਿਸ ਨੂੰ ਰਿਪੋਰਟ ਦਿੱਤੀ ਹੈ। ਕੱਲ੍ਹ ਪੁਲਿਸ ਨੂੰ ਰਿਪੋਰਟ ਦਿੱਤੇ ਸੀ ਵੀ ਇਸਨੂੰ ਲੈ ਕੇ ਚੱਲੇ ਹਾਂ? ਕੱਲ੍ਹ ਲੈ ਕੇ ਹੀ ਜਾਣਾ ਸੀਗਾ ਜੀ ਪੁਲਿਸ ਦੇ ਕੋਲ। ਕੁੱਟਿਆ ਹੋਈ ਸੀ ਉਹਨੂੰ ਤੁਸੀਂ? ਹਾਂਜੀ, ਕੁੱਟਿਆ ਹੋਈ ਸੀ। ਕਿਉਂ ਜੀ? ਉਹਨੂੰ ਮਾੜਾ ਮੋਟਾ ਥੋਪਾ ਹੀ ਹੋਇਆ ਜੀ ਬਸ। ਬਿਕਰਮ ਕਰਮਜੀਤ ਕੌਰ ਪਤਨੀ ਜਗਰੂਪ ਸਿੰਘ ਆਪਣੇ ਘਰ ਵਾਲੇ ਜਗਰੂਪ ਨਾਲ ਬਿਜਲੀ ਗ੍ਰਿੱਡ ਦੇ ਨਾਲ ਲੱਗਦੇ ਮੰਦਿਰ 'ਚ ਮੱਥਾ ਟੇਕਣ ਆਏ ਸੀਗੇ। ਉੱਥੇ ਇਹਨਾਂ ਨੂੰ ਜਿਹੜਾ ਸੀਗਾ ਜਗਰੂਪ ਨੂੰ 5-6 ਜਿਹੜੇ ਸੀ ਵਿਅਕਤੀਆਂ ਨੇ ਕੁੱਟਮਾਰ ਕਰਕੇ ਅਗਵਾ ਕਰ ਲਿਆ ਸੀਗਾ, ਅਤੇ ਜਿਹਦੇ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ ਜਿਹੜਾ ਹੈਗਾ ਉਹ ਮੁਕੱਦਮਾ ਦਰਜ ਕਰਕੇ ਜਿਹੜਾ ਦੋਸ਼ੀ ਨੂੰ ਮਦਈ ਮੁਕੱਦਮੇ ਦੇ ਘਰ ਵਾਲੇ ਜਗਰੂਪ ਸਿੰਘ ਨੂੰ ਸਮੇਤ ਦੋਸ਼ੀ ਮਨਪ੍ਰੀਤ ਸਿੰਘ ਕਾਬੂ ਕਰ ਲਿਆ, ਅਤੇ ਜਿਹੜਾ ਹੈਗਾ ਜਗਰੂਪ ਸਿੰਘ ਉਹਦੇ ਵਾਰਸ ਦੇ ਹਵਾਲੇ ਸਹੀ ਸਲਾਮਤ ਕਰਕੇ ਮੁਰਜੋ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਸਰ ਕਿੱਥੋਂ ਬਰਾਮਦਗੀ ਹੋਈ ਜੀ? ਇਹ ਪਿੰਡ ਚੱਕਰ ਹੈ ਜੀ, ਚੱਕਰ ਪਿੰਡ ਜ਼ਿਲ੍ਹਾ ਜਗਰਾਓ। ਅਤੇ ਕੁਛ ਮੁੱਢਲੀ ਜਾਂਚ ਪਤਾ ਲੱਗਿਆ ਵੀ ਕੀ ਕਾਰਨ ਸੀ ਅਗਵਾ ਕਰਨ ਦਾ ਜੀ? ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ, ਜੋ ਵੀ ਫੈਕਟ ਸਾਹਮਣੇ ਆਏ। ਇਹਦੀ ਵਾਈਫ ਨੂੰ ਛੱਡ ਗਏ ਸੀ, ਇਹਨੂੰ ਇਕੱਲੇ ਨੂੰ ਲੈ ਕੇ ਗਏ ਜੀ ਨਾਲ ਕਿ ਦੋਨਾਂ ਨੂੰ ਲੈ ਕੇ ਸੀ? ਇਹਨੂੰ ਇਕੱਲੇ। ਹੁਣ ਕੀ ਕਰਵਾਈ? ਦੋਸ਼ੀ ਜਿਹੜਾ ਇੱਕ ਫੜਿਆ ਗਿਆ ਹੈਗਾ ਜੀ, ਉਹਨੂੰ ਪੁਲਿਸ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਉਹਦਾ ਪੁਲਿਸ ਸਨਮਾਨ ਹਾਸਲ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਕਰਕੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ।